ਜੇ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਭੇਜਣਗੇ ਨਾ, ਮੈਂ ਉਸ ਚੋਲੇ ਨੂੰ ਪਾ ਕੇ ਫਾਂਸੀ ਲੱਗਣਾ। ਸਰਕਾਰੀ ਕੱਪੜੇ ਪਾਉਣੇ ਪੈਂਦੇ ਆ ਫਾਂਸੀ ਲੱਗਣ ਲੱਗਿਆ, ਤੋਬਰਾ ਮੂੰਹ ਤੇ ਚੜਾਉਂਦੇ ਆ। ਤੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਨੇ ਕਿਹਾ ਸੀ ਕਿ ਮਹਾਂਪੁਰਖਾਂ ਦੇ ਜਿਹੜੀ ਦਸਤਾਰ ਭੇਜੀ ਆ ਮੈਂ ਉਹ ਸੀਸ ਤੇ ਸਜਾਉਣੀ ਆ, ਜਿਹੜੀ ਉਹਨਾਂ ਦੀ ਕੇਸਰੀ ਦਸਤਾਰ ਤੇ ਚਿੱਟੇ ਚੋਲਿਆਂ ਵਾਲੀ ਤਸਵੀਰ ਆ ਨਾ, ਉਹ ਫਾਂਸੀ ਲੱਗਣ ਤੋਂ ਕੁਝ ਸਮਾਂ ਪਹਿਲਾਂ ਦੀ ਖਿੱਚੀ ਹੋਈ ਤਸਵੀਰ ਹੈ। ਤੇ ਉਸ ਤਸਵੀਰ ਦੱਸਦੀ ਹੈ ਕਿ ਸੂਰਮਿਆਂ ਦੇ ਚਿਹਰਿਆਂ ਤੇ ਲਾਲੀ ਕਿਹੋ ਜਿਹੀ ਸੀ। ਜਨਰਲ ਵੈਦਿਆ ਜਿਹਨੇ ਸਾਰੀ ਕਮਾਂਡ ਕੀਤੀ ਸੀ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਨ ਦੀ, ਸਿੱਖ ਕੌਮ ਦੀ ਲੱਥੀ ਹੋਈ ਪੱਗ ਉਹਨਾਂ ਸੂਰਮਿਆਂ ਨੇ ਸਿਰ ਤੇ ਰੱਖੀ ਸੀ। ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਨੇ ਜਿਹੋ ਜਿਹੀ ਸ਼ਹਾਦਤ ਦਿੱਤੀ ਹੈ ਨਾ, ਭਾਈ ਸੁੱਖਾ ਸਿੰਘ ਤੇ ਮਤਾਜ ਸਿੰਘ ਦੇ ਪੂਰਨਿਆਂ ਤੇ ਚੱਲੇ ਆ। ਜੇ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਤੇ ਜਿਸ ਨੇ ਅਟੈਕ ਕੀਤਾ ਉਹ ਅਜੇ ਤੱਕ ਜਿਉਂਦਾ ਰਹਿੰਦਾ ਤੇ ਸਾਡੀ ਇੱਜ਼ਤ ਕੀ ਸੀ? ਜਿਸ ਜਰਨਲ ਨੇ ਤੋਪ ਦੇ ਗੋਲੇ ਮਾਰਨ ਦਾ ਆਰਡਰ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ, ਜਿਨ੍ਹਾਂ ਨੇ ਉਦੋਂ ਦਰਸ਼ਨ ਕੀਤੇ ਆ ਨਾ, ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੂੰ ਦਿਖਾਇਆ ਸੀ ਸਿੰਘਾਂ ਨੇ ਖੜ ਕੇ, ਆ ਵੇਖੋ ਜਿਸ ਬੀਬੀ ਦੀ ਤੁਸੀਂ ਸਿਕਿਉਰਿਟੀ ਪੈ ਕਰਦੇ ਆ ਵੇਖੋ। ਤੇ ਸ੍ਰੀ ਅਕਾਲ ਤਖ਼ਤ ਸਾਹਿਬ ਇਕੱਠਾ ਹੋਇਆ ਵੇਖ ਕੇ ਉਹਨਾਂ ਦਾ ਖੂਨ ਖੌਲ ਉੱਠਿਆ ਸੀ। ਭਾਈ ਹਰਜਿੰਦਰ ਸਿੰਘ ਜਿੰਦਾ ਬੜੇ ਪੜ੍ਹੇ ਲਿਖੇ ਸੀ, ਐਵੇਂ ਅਨਪੜ੍ਹ ਨਹੀਂ ਸੀ। ਜਿਹੜੇ ਬਾਹਰਲਿਆਂ ਸੂਬਿਆਂ ਦੇ ਵਿੱਚ ਸਿੱਖ ਪੜ੍ਹਦੇ ਸੀ ਨਾ, ਬਹੁਤ ਉੱਚ ਵਿੱਦਿਆ ਪ੍ਰਾਪਤ ਕਰ ਰਹੇ ਸੀ, ਉਹ ਸੋਚਦੇ ਹੁੰਦੇ ਸੀ ਕਿ ਅਸੀਂ ਇਸ ਭਾਰਤ ਦੇਸ਼ ਦੇ ਬਛਿੰਦੇ ਹਾਂ, ਪਰ ਜਿਸ ਦਿਨ ਹਰਿਮੰਦਰ ਸਾਹਿਬ ਅਟੈਕ ਹੋਇਆ ਦੇਸ਼ ਦੇ ਸਾਰੇ ਸੂਬਿਆਂ ਵਿੱਚ ਸਾਧ ਸੰਗਤ ਜੀ ਫਿਰਕਾ ਪ੍ਰਸਤੀਆਂ ਨੇ ਲੱਡੂ ਵੰਡੇ ਸੀ। ਤੇ ਸਿੱਖਾਂ ਨੂੰ ਉਦੋਂ ਪਤਾ ਲੱਗ ਗਿਆ ਸੀ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹੁਣ ਰਹੇ। ਭਾਈ ਹਰਜਿੰਦਰ ਸਿੰਘ ਜਿੰਦੇ ਨੇ ਤੇ ਭਾਈ ਸੁਖਦੇਵ ਸਿੰਘ ਸੁਖੇ ਨੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਵਿੱਚ ਵੱਜੇ ਹੋਏ ਗੋਲੇ ਆਪਣੇ ਸਰੀਰ ਤੇ ਵੇਖੇ ਤੇ ਜਨਰਲ ਵੈਦਿਆ ਨੂੰ ਉਹਨਾਂ ਪੂਨੇ ਜਾ ਕੇ ਫਿਰ ਢਾਇਆ ਸੀ। ਦੱਸਿਆ ਸੀ ਭਾਈ ਊਧਮ ਸਿੰਘ ਦੇ ਵਾਰਸ ਬਣ ਕੇ 21 ਸਾਲ ਬਾਅਦ ਊਧਮ ਸਿੰਘ ਦਾ ਖੂਨ ਖੌਲਿਆ ਤੇ ਉਸਨੇ ਕਿਹਾ ਸੀ ਉਸ ਜਨਰਲ ਡਾਇਰ ਨੂੰ